ਮੈਂ ਧੰਨਾਮਾਲ ਗੋਇਲ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟਿਸਿੰਗ ਐਸੋਸੀਏਸ਼ਨ ਪੰਜਾਬ ਜਿਹੜੇ ਤਿੰਨੇ ਖੇਤੀ ਆਰਡੀਨੈਂਸ ਨੇ ਜਿਹੜੇ ਲੋਕ ਵਿਰੋਧੀ ਆਰਡੀਨੈਂਸ ਅੱਜ ਕਾਨੂੰਨ ਬਣ ਗਏ ਆ ਸਰਕਾਰ ਨੇ ਕਾਨੂੰਨ ਬਣਾਤੇ ਆ ਇਹ ਖਾਲੀ ਕਿਸਾਨਾਂ ਦੇ ਵਿਰੋਧੀ ਨਹੀਂ ਇਹਦੇ ਨਾਲ ਕਹਿ ਲਓ ਤੁਸੀਂ ਛੋਟਾ ਕਾਰੋਬਾਰੀਆ ਵੀ ਪ੍ਰਭਾਵਿਤ ਹੋਣਾ ਹੈ ਮਜ਼ਦੂਰ ਪ੍ਰਭਾਵਿਤ ਹੋਣਾ ਮੁਲਾਜ਼ਮ ਪ੍ਰਭਾਵਿਤ ਹੋਣਾ ਮੱਧ ਵਰਗ ਖਾਸ ਤੌਰ 'ਤੇ ਪ੍ਰਭਾਵਿਤ ਹੋਣਾ ਉਹ ਹਰ ਵਰਗ ਜਿਹੜਾ ਇਹਦੇ ਨਾਲ ਪ੍ਰਭਾਵਿਤ ਹੋਣਾ ਔਰ ਇਸ ਦੇ ਖਿਲਾਫ ਜਿਹੜਾ ਅੱਜ ਇੱਥੇ ਬਣਾਵਾਲੀ ਦੇ ਵਿੱਚ ਇਹ ਲੱਗਾ ਹੋਇਆ ਧਰਨਾ ਅਸੀਂ ਇਹਦੀ ਹਮਾਇਤ ਦੇ ਉੱਤੇ ਜਥੇਬੰਦੀ ਵੱਲੋਂ ਆਏ ਹਾਂ ਸਾਡੀ ਜਥੇਬੰਦੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਮੁੱਢਲੀਆਂ ਸਿਹਤ ਸੇਵਾਵਾਂ ਨੇ ਅਸੀਂ ਫਰੀ ਤੌਰ ਦੇ ਉੱਤੇ ਦਿੰਦੇ ਹਾਂ ਉੱਥੇ ਨਾਲੋਂ ਨਾਲ ਇਸ ਆਰਡੀਨੈਂਸ ਦੇ ਖਿਲਾਫ ਜਿਹੜੇ ਧਰਨੇ ਨੇ ਜਿਹੜਾ ਅੰਦੋਲਨ ਹੈ ਕਿਸਾਨਾਂ ਦਾ ਉਹਦੀ ਪੂਰਨ ਹਮਾਇਤ ਕਰਦੇ ਹਾਂ ਦੇਖੋ ਜਿੱਥੋਂ ਤੱਕ ਅਸੀਂ ਇਸ ਅੰਦੋਲਨ ਦੇ ਪ੍ਰਭਾਵ ਦੀ ਗੱਲ ਕਰਦੇ ਹਾਂ ਔਰ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਪੂਰੀ ਤਰ੍ਹਾਂ ਹੱਲ ਚੁੱਕੀ ਹੈ ਕਿਉਂਕਿ ਅੱਜ ਬੱਚਾ ਬੱਚਾ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਹੈ ਸਾਡੇ ਪਰਿਵਾਰਾਂ ਦੀਆਂ ਲੇਡੀਜ਼ ਸਾਡੇ ਪਰਿਵਾਰਾਂ ਦੇ ਬੱਚੇ ਔਰ ਖਾਸ ਕਰਕੇ ਨੌਜਵਾਨੀ ਦੀ ਮੈਂ ਗੱਲ ਕਰਾਂ ਨੌਜਵਾਨੀ ਜਿੱਥੇ ਇਹਨਾਂ ਨੇ ਨਸ਼ਿਆਂ ਵੱਲ ਝੋਕੀ ਸੀ ਉਹ ਨੌਜਵਾਨੀ ਨੇ ਅੱਜ ਮੋੜਾ ਖਾਧਾ ਔਰ ਉਹ ਇਸ ਇਨਕਲਾਬ ਦੀ ਲਹਿਰ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਸ਼ਾਮਿਲ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੌਜਵਾਨੀ ਨੂੰ ਸਾਨੂੰ ਇੱਕ ਸਿੱਧੀ ਰੂਪ ਰੇਖਾ ਜਿਹੜੀ ਦੇਣ ਦੀ ਹੈ ਉਹ ਲੋੜ ਪਊਗੀ ਔਰ ਜਿਹੜੀ ਮੋਦੀ ਸਰਕਾਰ ਹੈ ਇਸ ਲੋਕ ਨੂੰ ਉਹਦੇ ਅੱਗੇ ਉਸ ਨੂੰ ਝੁਕਣਾ ਹੀ ਪੈਣਾ ਬੇਸ਼ੱਕ ਅੱਜ ਦੂਜਾ ਸੱਦਾ ਵੀ ਜਿਹੜਾ ਹੈਗਾ ਮੋਦੀ ਸਰਕਾਰ ਨੇ ਭੇਜਿਆ ਉਹਦੇ ਲਈ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਸੂਝਵਾਨ ਲੀਡਰ ਨੇ ਉਹ ਵੀ ਆਪਣਾ ਜਿਹੜਾ ਵਿਚਾਰ ਵਟਾਂਦਰਾ ਕਰਕੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਗੇ ਬਲਕਿ ਇਹਨਾਂ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਜਿਹੜੀ ਹੈ ਗੱਲ ਕਰਨਗੇ ਔਰ ਮੈਨੂੰ ਪੂਰੀ ਉਮੀਦ ਹੈ ਜਿਸ ਤਰੀਕੇ ਨਾਲ ਇਹ ਰੋਹ ਹੈ ਇਹ ਰੋਹ ਥੰਮਣ ਵਾਲਾ ਰੋਹ ਨਹੀਂ ਇਹ ਬਿਲਕੁਲ ਆਪਣੀ ਜਿੱਤ ਜਿਹੜੀ ਹੈ ਸੰਘਰਸ਼ ਦੀ ਕਰਕੇ ਰੋਹ